ਵੈਸੇ ਮੈਂ ਇੱਕ ਸਵਾਲ ਕਰਦਿਆਂ ਜਾਂਦਿਆਂ ਜਾਂਦਿਆਂ ਤੁਹਾਨੂੰ ਮੈਂ ਮਕਾਨ ਲਗਾਵਾਂ ਇਨਸ਼ਾਅੱਲਾ। ਉੱਚੀ ਨਹੀਂ ਜਵਾਬ ਦੇਣਾ, ਜਵਾਬ ਦਿਲ 'ਚ ਦੇਣਾ, ਮਕਾਨ 'ਚ ਜਾ ਸਵਾਲ ਪੁੱਛਣਾ। ਸਪੈਸ਼ਲ ਨੌਜਵਾਨ ਪੁੱਤਰ, ਕਿੰਨੀ ਕੁ ਦੇਰ ਹੋ ਗਈ ਕੁਰਾਨ ਪਾਕ ਖੋਲਿਆ? ਮੈਂ ਚਲੋ ਫਿਰ ਇੱਕ ਵਾਰੀ ਪੁੱਛ ਲੈਂਦਾ, ਕਿੰਨੀ ਕੁ ਦੇਰ ਹੋ ਗਈ ਕੁਰਾਨ ਸ਼ਰੀਫ ਪੜ੍ਹਿਆ? ਲੇਕਿਨ ਉੱਥੇ ਅੱਛਾ ਜੀ, ਖੋਲਣ ਦੀ ਗੱਲ ਤੇ ਰਹਿ ਗਈ ਪਿੱਛੇ, ਉਸ ਤੋਂ ਅੱਗੇ ਵੀ ਸੁਣ ਲਓ। ਜੇ ਖੋਲ ਲਈਏ ਤੇ ਸਾਨੂੰ ਕਿਹੜਾ ਪੜ੍ਹਨਾ ਆਉਂਦਾ? ਜੇ ਖੋਲ ਹੀ ਚਲੋ ਲਿਆ, ਜਿਵੇਂ ਸਿਪਾਹੀ ਸਾਹਿਬ ਨੇ ਕਿਹਾ ਜੀ, ਘਰ ਜਾ ਕੇ ਖੋਲ ਹੀ ਲਿਆ, ਤੇ ਜੇ ਖੋਲ ਲਈਏ ਤੇ ਪੜ੍ਹਨਾ ਕਿਹਨੂੰ ਆਉਂਦਾ ਹੈ? ਪੜ੍ਹਨਾ ਕਿਹਨੂੰ ਆਉਂਦਾ ਹੈ? ਮੈਂ ਵੈਸੇ ਇੱਕ ਬਾਤ ਪੁੱਛਣ ਲੱਗਾ, ਮੈਂ ਬਾਤ ਖਤਮ ਕਰੂੰਗਾ, ਸ਼ਾਇਦ ਕਿ ਤੇਰੇ ਦਿਲ ਮੇ ਉਤਰ ਜਾਏ ਮੇਰੀ ਬਾਤ। ਮੈਂ ਨੌਜਵਾਨਾਂ ਨੂੰ ਇੱਕ ਗੱਲ ਪੁੱਛਣ ਲੱਗਾ, ਹਮ ਅਕਸਰ ਕਹਤੇ ਹੈ ਨਾ, ਯਾ ਅੱਲਾ ਕਦੀ ਨਬੀ ਅਲੈਹਿ ਸਲਾਮ ਦੀ ਜ਼ਿਆਰਤ ਕਰਵਾ। ਮੈਂ ਕਹਤਾ ਹੂੰ ਤੇਰੀ ਮੇਰੀ ਦੁਆ ਕਬੂਲ ਹੋ ਗਈ, ਖਾਬ ਮੇ ਹੋਈ ਹਾਲਤ ਬੇਦਾਰੀ ਮੇ। ਵੇ ਅੱਲਾ ਕਾਦਰ ਹੈ, ਇਮਾਮ ਜਲਾਲੂਦੀਨ ਸਯੂਤੀ ਨੇ ਹਾਲਤ ਬੇਦਾਰੀ ਮੇ ਤਕਰੀਬਨ 72 ਵਾਰ ਨਬੀ ਪਾਕ ਅਲੈਹਿ ਸਲਾਮ ਕੀ ਜ਼ਿਆਰਤ ਕੀ। ਹਜ਼ਰਤ ਸੈਦਨ ਅਬਦੁਲ ਅਜ਼ੀਜ਼ ਦੱਬਾਗ, ਹਜ਼ਰਤ ਜੋ ਹੈ ਨਾ ਬੜੇ ਇਸ ਤਰ੍ਹਾਂ ਕੇ ਬਜ਼ੁਰਗ ਹੈ ਜਿਨ ਕੇ ਲਈ। ਮੈਂ ਕਹਤਾ ਹੂੰ ਤੁਝ ਪੇ ਮੁਝ ਪੇ ਕਰਮ ਹੋ ਗਿਆ, ਹਾਲਤ ਬੇਦਾਰੀ ਮੇ ਹੋ ਗਿਆ ਜਾਂ ਹਾਲਤ ਖਾਬ ਮੇ ਹੋ, ਨਬੀ ਅਲੈਹਿ ਸਲਾਮ ਕੀ ਜ਼ਿਆਰਤ। ਉਹ ਨਬੀ ਅਲੈਹਿ ਸਲਾਮ ਨੇ ਹਮੇ ਖਾਬ ਮੇ ਹੁਕਮ ਫਰਮਾ ਦਿਆ, ਐ ਮੇਰੇ ਉਮਤੀ ਮੈਨੂੰ ਕੁਰਾਨ ਤੇ ਸੁਣਾ। ਕਿਉਂ ਵੀ ਕਾਕਿਆ, ਕੀ ਸੁਣਾਵਾਂਗੇ? ਕਿਉਂ ਬਈ ਕਾਕਿਓ, ਕਿਉਂ ਬਈ ਨੌਜਵਾਨੋ, ਕੀ ਸੁਣਾਵਾਂਗੇ? ਕੀ ਸੁਣਾਵਾਂਗੇ? ਸੁਣਾਓ ਹਮਨ ਤੀਮਾ ਦਰ ਦਰ ਤੱਕੇ ਖਾਏ, ਮੋਬਾਈਲ ਦੀ ਜਾਨ ਕੋਈ ਨਹੀਂ ਛੱਡਦਾ, ਕੁਰਾਨ ਖੋਲਦਾ ਕੋਈ। ਦੀਨ ਨਬੀ ਦਾ ਵਾਂਗ ਯਤੀਮਾ ਉਹ ਦਰ ਦਰ ਤੱਕੇ ਖਾਏ, ਦੀਨ ਨਬੀ ਦਾ, ਦੀਨ ਨਬੀ ਦਾ ਵਾਂਗ ਯਤੀਮਾ ਉਹ ਦਰ ਦਰ ਤੱਕੇ ਖਾਏ, ਦੀਨ ਨਬੀ ਦਾ ਕੁਰਾਨ ਨਹੀਂ ਖੋਲਦਾ ਕੋਈ, ਸਾਰਿਆਂ ਦੇ ਘਰ ਕੁਰਾਨ ਪੇ, ਪਰ ਮੇਰੇ ਇਮਾਮ ਸਾਹਿਬ ਨੇ ਤੇ ਕੁਰਾਨ ਪੜ੍ਹ ਰਹੇ। ਦੀਨ ਨਬੀ ਦਾ ਵਾਂਗ ਯਤੀਮਾ ਦਰ ਦਰ ਤੱਕੇ ਖਾਵੇ, ਉਹ ਕਿੱਥੋਂ ਲਿਆਵਾਂ ਉਮਰ ਬਹਾਦਰ ਜਿਹੜਾ ਨੂੰ ਸੀਨੇ ਲਾਵੇ। ਪੁੱਤਰ ਖੋਲੋ ਖੁਰਾਨ ਸ਼ਰੀਫ, ਆਪਣੀਆਂ ਆਪਣੀਆਂ ਨਮਾਜ਼ਾਂ ਪੂਰੀਆਂ ਕਰੋ ਯਾਰ, ਆਪਣੇ ਅੱਲਾਹ ਦਾ ਜ਼ਿਕਰ ਕਰੋ ਪੁੱਤਰ, ਔਰ ਉਹਨਾਂ ਦੇ ਪਾਕ ਰਸਤੇ 'ਤੇ ਆਓ ਯਾਰ, ਉਹਨਾਂ ਦੇ ਤਰੀਕੇ। ਹਜ਼ਰਤ ਸਾਹਿਬ ਹਰ ਸਾਲ ਮਹਿਫਲ ਹੁੰਦੀ ਹੈ ਨਾ, ਹਰ ਸਾਲ ਮਾਸ਼ਾ ਅੱਲਾਹ ਮਿਲਾਦ ਸ਼ਰੀਫ ਦੀ ਵੀ ਹੁੰਦੀ ਹੈ, ਹੋਰ ਵੀ ਬੜੀਆਂ ਹੁੰਦੀਆਂ, ਲੇਕਿਨ ਪੁੱਤਰ ਇੰਨੀਆਂ ਮਹਿਫਲਾਂ ਕਰਾ ਕੇ ਵੀ ਸਾਡਾ ਪਤਾ ਕੀ ਹਾਲ ਹੈ? ਰਸਤੇ ਵਿੱਚ ਅਦਰ ਜਿਹੜੇ ਕੂਲਰ ਪਏ ਨੇ ਨਾ ਪਾਣੀ ਪੀਣ ਵਾਸਤੇ, ਜਿਹੜਾ ਉਸਦੇ 15 ਰੁਪਏ ਦਾ ਗਲਾਸ ਰੱਖਿਆ ਪੁੱਤਰ, ਅਸੀਂ ਉਹਨੂੰ ਸੰਗਲੀ ਲਾਈ ਹੈ, ਹੈ ਸਾਡੇ ਹਾਲਾਤ ਨੇ। ਅਸੀਂ ਇੰਝ ਦੇ ਲੋਕ ਹਾਂ ਕਿ ਅਸੀਂ 15 ਰੁਪਏ ਦਾ ਗਲਾਸ ਵੀ ਚੋਰੀ ਕਰਨ ਤੋਂ ਬਾਅਦ ਨਹੀਂ ਆਉਂਦੇ। ਦੀਨ ਨਬੀ ਦਾ ਵਾਂਗ ਯਤੀਮਾ ਦਰ ਦਰ ਤੱਕੇ ਖਾਏ। ਅੱਛਾ, ਈਦ ਉੱਤੇ ਸਾਰੇ ਨੇ ਨਵੀਂ ਜੁੱਤੀ ਲਈ ਸੀ? ਈਦ ਇੱਥੇ ਹੀ ਹੁੰਦੀ ਹੈ ਕਿ ਕਿਤੇ ਹੋਰ ਹੁੰਦੀ ਹੈ? ਅਤੇ ਮਸਜਿਦ 'ਚ ਨਵੀਂ ਕਿਹੜੀ ਕਿਹੜਾ ਕਿਹੜਾ ਪਾ ਕੇ ਆਇਆ? ਡਰ ਦੇ ਮਾਰੇ ਕੋਈ ਨਹੀਂ ਸੀ ਪਾ ਕੇ ਆਇਆ। ਅਸੀਂ ਐਡੇ ਗੰਦੇ ਲੋਕ ਹਾਂ ਕਿ ਅਸੀਂ ਐਡੇ ਗੰਦੇ ਲੋਕ ਹਾਂ ਜਿਸੀ ਮਸਜਿਦ 'ਚ ਵੀ ਜੁੱਤੀ ਨਹੀਂ ਬਖਸ਼ਦੇ। ਦੀਨ ਨਬੀ
ਸਾਹਮਣੇ ਨੂੰ ਸੋਹਣੀ ਜਗ੍ਹਾ ਹੈ ਮੇਰੇ ਨਾਲ, ਲੇਕਿਨ ਇੱਥੇ ਵੀ ਇੱਜ਼ਤ ਕੋਈ ਨਹੀਂ। ਦੀਨ ਨਬੀ ਦਾ ਵਾਂਗ ਯਤੀਮਾਂ ਦਰ ਦਰ ਤੱਕੇ ਖੋਏ, ਕਿੱਥੋਂ ਲਿਆਵਾਂ ਓਏ ਉਮਰ ਬਹਾਦਰ ਜੜਾ ਇਹਨੂੰ ਸੀਨੇ ਲੋ। ਇਸ ਲਈ ਪੁੱਤਰ ਜਹਾਂ ਸੇ ਮੈਨੇ ਬਾਤ ਸ਼ੁਰੂ ਕੀ ਥੀ ਖਤਮ ਕਰ ਦੀ, ਜ਼ਿਕਰ ਹੁਸੈਨ ਵੀ ਲੇਕਿਨ ਸਾਥ ਅੰਦਾਜ਼ੇ ਹੁਸੈਨ। ਔਰ ਪੁੱਤਰ ਯਾਦ ਰੱਖੀਓ, ਗਲਾਸਾਂ ਨਾਲ ਉਹ ਸੰਗਲੀਆਂ ਉਦਨ ਰੱਥਣੀਆਂ ਜੇ ਜਿਸ ਦਿਨ ਬਾਅਦ ਅੰਦਾਜ਼ੇ ਹੁਸੈਨ ਕੀ ਹੋਗੀ, ਜਿਸ ਦਿਨ ਬਾਅਦ ਫਿਕਰ ਹੁਸੈਨ ਕੀ ਹੋਗੀ, ਜਿਸ ਦਿਨ ਬਾਅਦ ਪੈਗਾਮੇ ਹੁਸੈਨ ਕੀ ਹੋਗੀ, ਜਿਸ ਦਿਨ ਬਾਅਦ ਸਬਰ ਹੁਸੈਨ। ਇਸ ਲਈ ਪੁੱਤਰ ਅੰਦਾਜ਼ੇ ਹੁਸੈਨ ਆਪਕੋ ਪਤਾ ਹੈ। ਕਿਹਨੂੰ ਦੱਸੀਏ ਯਾਰ, ਕਿਸੇ ਨੂੰ ਹੁੰਦਾ ਹੀ ਕੱਖ ਨਹੀਂ ਦੱਸੀਏ। ਇਹ ਰੈਂਕਿੰਗ ਜਾਰੀ ਹੋਈ ਹੈ ਪਾਸਪੋਰਟੋਂ ਕੇ ਨੰਬਰ ਕੀ, ਕਿ ਕਿਹੜੇ ਕਿਹੜੇ ਮੁਲਕ ਦਾ ਪਾਸਪੋਰਟ ਕਿਹੜੇ ਕਿਹੜੇ ਨੇ। ਪਤਾ ਸਾਡਾ ਪਾਸਪੋਰਟ ਕਿੰਨੇ ਨੰਬਰ 'ਤੇ ਆਇਆ? 100ਵੇਂ ਨੰਬਰ 'ਤੇ ਆਇਆ ਜੀ। ਸਾਡੇ ਤੋਂ ਥੱਲੇ ਸਿਰਫ 3 ਪਾਸਪੋਰਟ ਨੇ ਇਹਦੇ ਜੀ, ਸਾਡੇ ਤੋਂ ਥੱਲੇ ਸਿਰਫ 3 ਪਾਸਪੋਰਟ, ਬਾਕੀ ਸਾਰੇ ਪਾਸਪੋਰਟ ਸਾਡੇ ਤੋਂ ਉੱਤੇ। ਅਫਗਾਨਿਸਤਾਨ ਦਾ ਪਾਸਪੋਰਟ ਵੀ ਸਾਡੇ ਤੋਂ ਭਾਰਾ ਹੈ, ਬੰਗਲਾਦੇਸ਼ ਦਾ ਪਾਸਪੋਰਟ ਵੀ ਸਾਡੇ ਤੋਂ ਭਾਰਾ ਹੈ, ਇੰਡੀਆ ਦਾ ਪਾਸਪੋਰਟ ਵੀ ਸਾਡੇ ਤੋਂ ਭਾਰਾ ਹੈ। ਕਿਉਂ ਭਲਾ? ਪੈਗਾਮੇ ਹੁਸੈਨ, ਅੰਦਾਜ਼ੇ ਹੁਸੈਨ। ਜਿਸ ਦਿਨ ਪੁੱਤਰ, ਆਖਰੀ ਬਾਤ ਗੱਲ ਖਤਮ, ਜਿਸ ਦਿਨ ਮੇਰੇ ਬੱਚੇ ਤੂੰ ਅੰਦਾਜ਼ੇ ਹੁਸੈਨ ਇਖਤਿਆਰ ਕਰ ਲਿਆ, ਫਿਰ ਪੁੱਤਰ ਸਭ ਤੋਂ ਪਹਿਲਾ ਨੰਬਰ ਤੇਰੇ ਪਾਸਪੋਰਟ ਦਾ ਆਏਗਾ, ਸਭ ਤੋਂ ਪਹਿਲਾਂ। ਔਰ ਜ਼ਰੂਰਤ ਹੈ ਇਸ ਵਕਤ ਹਜ਼ਰਤ, ਔਰ ਇਹ ਬਾਤ ਮੈਂ ਨਹੀਂ ਕਰ ਰਿਹਾ, ਇਕਬਾਲ ਨੇ ਰੋ ਕੇ ਕਹਾ ਥਾ। ਇਕਬਾਲ ਕਹਤਾ ਥੇ ਤੋ ਆਪ ਆਵੋ ਤੁਮਹਾਰੇ ਹੀ ਮਗਰ ਤੁਮ ਕਿਆ ਹੋ। ਉਹ ਨਾਰੇ ਤੂੰ ਤੂੰ ਕੇ ਮਾਰ ਰਿਹਾ ਹੈ, ਕਾਮ ਆਪਣੇ ਚੈੱਕ ਕਰ। ਥੇ ਤੋ ਆਪ ਆਵੋ ਤੁਮਹਾਰੇ ਹੀ ਮਗਰ ਤੁਮ ਕਿਆ ਹੋ। ਹਾਥ ਪੇ ਹਾਥ ਧਰੇ ਮੁੰਤਜ਼ਰੇ ਫਰਦਾ। ਇਸ ਲਈ ਪੁੱਤਰ ਅੰਦਾਜ਼ੇ ਇਮਾਮੇ ਵਾਲੀ ਮੁਕਾਮ ਠੀਕ ਹੋ ਗਿਆ ਜੀ। ਹੁਣ ਜ਼ਰਾ ਮੈਨੂੰ ਅੱਜ ਦੱਸੋ ਹਾਂ ਕਿ ਕੁਰਾਨ ਸ਼ਰੀਫ ਕਿਹੜਾ ਕਿਹੜਾ ਖੋਲੇਗਾ।